Z5 ऐप डाउनलोड करो ते देखो पूरे एपिसोड बिल्कुल फ्री। ਤੁਸੀਂ ਇੱਥੇ ਕੀ ਹੋਇਆ? ਹਾਂਜੀ, ਉਹ ਕੱਲ ਜੋ ਕੁਝ ਵੀ ਹੋਇਆ ਨਾ, ਉਹਦੇ ਕਰਕੇ ਉਹ ਦੋਨੋਂ ਪੁਰਾਣੇ ਵਾਲੇ ਮੈਜੀਸ਼ੀਅਨਸ ਕੰਮ ਛੱਡ ਕੇ ਚਲੇ ਗਏ ਤੇ ਹੁਣ ਮਲਹਾਰ ਆ ਦੋਨੋਂ ਮੈਜੀਸ਼ੀਅਨਸ ਨੂੰ ਲੈ ਕੇ ਆਇਆ। ਹਾਂ, ਉਹ ਦੋਨੋਂ ਮਿਊਜ਼ੀਸ਼ੀਅਨਸ ਕਿਸੇ ਦੇ ਹੱਥ ਵਿਕ ਗਏ ਸੀ। ਕੁਝ ਪੈਸਿਆਂ ਦੇ ਖਾਤਰ ਉਹਨਾਂ ਨੇ ਆਪਣੇ ਕੰਮ ਦੇ ਨਾਲ ਧੋਖਾ ਕੀਤਾ, ਪਰ ਮੇਰੀ ਗੀਤ ਦੇ ਸੁਪਨੇ ਵਿਕਾਉਣੀ। ਮੈਂ ਆਪਣੀ ਗੀਤ ਦੇ ਗਾਣੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਾਂਗਾ ਤੇ ਮੇਰੀ ਗੀਤ ਦਾ ਗਾਣਾ ਵੀ ਤਿਆਰ, ਗੀਤ ਦਾ ਗਾਣਾ ਬਣ ਕੇ ਰਹੇਗਾ ਤੇ ਹੁਣ ਮੇਰੀ ਗੀਤ ਗਾਣਾ ਗਾਣ ਲਈ ਵੀ ਤਿਆਰ। ਗੀਤ ਗਾਣਾ ਗਾ ਕੇ ਸੁਣੋ। ਕੀ ਠੀਕ ਕਿਹਾ ਤੂੰ? ਗੀਤ ਗਾਣਾ ਸੁਣਾਏਗੀ? ਨਹੀਂ, ਬਿਲਕੁਲ ਨਹੀਂ। ਇਸ ਘਰ ਦੇ ਵਿੱਚ ਕੋਈ ਗਾਣਾ ਵਜਾਣਾ ਨਹੀਂ ਹੋਏਗਾ। ਗੀਤ ਕਰਕੇ ਗਿੰਨੀ ਦੀ ਜੋ ਹਾਲਤ ਹੋਈ ਹੈ, ਉਸ ਤੋਂ ਬਾਅਦ ਉਸਨੂੰ ਇਸ ਨੂੰ ਕਾਢੀ ਤੋਂ ਕਾਢੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਭ ਕੁਝ ਦੇਖਣ ਤੋਂ ਬਾਅਦ ਵੀ ਤੂੰ ਇਸ ਦਾ ਸਾਥ ਦੇ ਰਿਹਾ? ਇਹ ਸਭ ਤਾਂ ਹੈ ਹੀ ਬੇਸ਼ਰਮ ਨੰਬਰ 1। ਤੇ ਗੀਤ, ਇਹਨੂੰ ਤਾਂ ਆਪਣੇ ਕੀਤੇ ਕੋਈ ਪਛਤਾਵਾ ਹੀ ਨਹੀਂ। ਗਿੰਨੀ ਦੇ ਹਾਲ ਨੂੰ ਭੁੱਲ ਕੇ ਇਸ ਸਾਬੇ ਦੇ ਗਾਉਣ ਦੀ ਪ੍ਰੈਕਟਿਸ ਕਰਵਾ ਰਹੇ ਨੇ। ਗੀਤ, ਇੰਨਾ ਕੁਛ ਹੋਣ ਤੋਂ ਬਾਅਦ ਵੀ ਤੈਨੂੰ ਸ਼ਰਮ ਨਹੀਂ ਆ ਰਹੀ ਨਾ? ਸ਼ਰਮ ਕਿਸ ਗੱਲ ਦੀ? ਗੀਤ ਦੀ ਕੋਈ ਗਲਤੀ ਨਹੀਂ ਹੈ, ਸੋ ਗੀਤ ਦਾ ਗਾਣਾ ਨਹੀਂ ਰੁਕੇਗਾ। ਕਿਉਂ ਨਹੀਂ ਰੁਕੂਗਾ? ਕਿਉਂ ਨਾ ਮਿਲੇ ਉਹਨੂੰ ਸਜ਼ਾ? ਗੀਤ ਦੇ ਦੱਸੇ ਡਾਕਟਰ ਦੀ ਦਵਾਈ ਨਾਲ ਹੀ ਮੇਰੀ ਗਿੰਨੀ ਬੇਹੋਸ਼ ਹੋਈ ਸੀ ਨਾ। ਗੀਤ ਨੇ ਕੁਛ ਨਹੀਂ ਕੀਤਾ। ਗਿੰਨੀ ਨਾਲ ਜੋ ਕੁਛ ਵੀ ਹੋਇਆ ਨਾ, ਉਹਦੀ ਜ਼ਿੰਮੇਵਾਰ ਮੈਂ ਹਾਂ। ਅੱਛਾ, ਆਪਣੀ ਲਾਡਲੀ ਪੋਤਰ ਨੂੰ ਬਚਾਉਣ ਦੇ ਲਈ ਸ਼ਕੁੰਤਲਾ ਮਹਿਰਾ ਨੂੰ ਤੂੰ ਝੂਠਾ ਸਹਾਰਾ ਲਏਂਗੀ? ਨਹੀਂ, ਮੈਂ ਝੂਠ ਨਹੀਂ ਬੋਲ ਰਹੀ। ਇਹ ਸਭ ਮੇਰੇ ਕਰਕੇ ਹੀ ਹੋਇਆ। ਇਹ ਤੁਹਾਡੇ ਘਰ ਦਾ ਆਪਸੀ ਮਾਮਲਾ ਹੈ। ਮੈਨੂੰ ਲੱਗਦਾ ਹੈ ਮੈਨੂੰ ਇੱਥੋਂ ਜਾਣਾ ਹੀ ਚਾਹੀਦਾ। ਮੈਨੂੰ ਤਾਂ ਲੱਗਿਆ ਸੀ ਅੱਜ ਆਰਾਮ ਨਾਲ ਤੇ ਸੀਰੀਅਸ ਹੋ ਕੇ ਕੰਮ ਹੋਏਗਾ, ਪਰ ਅੱਜ ਵੀ ਨਹੀਂ। ਪੈ ਦੀਦੀ, ਕੰਮ ਤਾਂ ਅੱਜ ਹੋਏਗਾ। ਤੁਸੀਂ ਸਾਰੇ ਦੂਜੇ ਰੂਮ 'ਚ ਚਲੇ ਜਾਓ, ਉੱਥੇ ਆਪਾਂ ਰਿਹਰਸਲ ਕਰਾਂਗੇ। ਬੈਰਵੀ ਜੀ, ਆ ਜਾਓ, ਮੈਂ ਤੁਹਾਨੂੰ ਲੈ ਚਲਦੀ ਹਾਂ। ਨੱਚਣ ਗਾਉਣ ਵਾਲੇ ਨੂੰ ਕਹੋ ਕਿ ਆਪਣਾ ਸਮਾਨ ਚੁੱਕੋ ਤੇ ਇੱਥੋਂ ਨਿਕਲ ਜਾਓ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।